ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਜੋ ਫੈਸਲੇ ਕੀਤੇ ਗਏ ਹਨ ਉਹ ਅਧਿਆਪਕਾਂ ਦੀਆਂ ਉਮੀਦਾਂ 'ਤੇ ਖਰੇ ਨਹੀਂ ਉਤਰ ਰਹੇ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ 5,178 ਅਧਿਆਪਕਾਂ ਨੂੰ ਅਕਤੂਬਰ 2019 ਤੋਂ ਰੈਗੂਲਰ ਕੀਤਾ ਜਾਵੇਗਾ। ਅਜਿਹਾ ਕਰਕੇ ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ 2 ਸਾਲ ਦੇਰੀ ਤੱਕ ਪੱਕੇ ਕਰਨਾ ਹੈ। ਇਸ ਮੌਕੇ 'ਤੇ ਅਧਿਆਪਕ ਸੰਘਰਸ਼ ਕਮੇਟੀ ਦੇ ਜਸਵਿੰਦਰ ਸਿੰਘ ਨੇ ਕਿਹਾ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਅਸੀਂ ਸਾਡਾ ਇੱਕ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦਾ ਵਫਦ ਮੀਟਿੰਗ ਕਰਕੇ ਆਇਆ। ਜਿਸ ਤਰੀਕੇ ਦੇ ਨਾਲ ਕੱਲ੍ਹ ਸਾਡੀ 4 ਕੈਬਨਿਟ ਮੰਤਰੀਆਂ ਦੇ ਨਾਲ ਮੀਟਿੰਗ ਹੋਈ ਸੀ, ਜਿਹਦੇ ਵਿੱਚ ਕੋਈ ਡਿਸੀਜਨ ਹੋਏ ਸੀ 51-78 ਅਧਿਆਪਕਾਂ ਨੂੰ ਰੈਗੂਲਰ ਕਰਨਾ, SSA ਰਮਸਾ ਅਧਿਆਪਕ ਜਿਨ੍ਹਾਂ ਦਾ ਜਿਹੜਾ ਹੈਗਾ ਪ੍ਰਵੇਸ਼ਨ ਘਟਾ ਕੇ ਉਹਨਾਂ ਨੂੰ ਜਿਹੜਾ ਹੈਗਾ ਪੇ ਪ੍ਰੋਟੈਕਟ ਕਰਨਾ, ਔਰ ਇਸ ਤੋਂ ਇਲਾਵਾ ਜਿਹੜੇ ਕੱਚੇ ਅਧਿਆਪਕ ਸਿੱਖਿਆ ਪ੍ਰੋਵਾਈਡਰ EGS STR AI ਉਹਨਾਂ ਨੂੰ ਰੈਗੂਲਰ ਕਰਨਾ ਦੀ ਗੱਲ ਹੋਈ ਸੀ, ਔਰ ਉਹਦੇ ਵਾਸਤੇ ਕੱਲ੍ਹ ਸਰਕਾਰ ਨੇ ਕਮੇਟੀ ਗਠਨ ਕੀਤੀ ਸੀ ਕਿ ਇਹਨਾਂ ਅਧਿਆਪਕਾਂ ਨੂੰ ਕਮੇਟੀ 3 ਮਹੀਨੇ ਦੇ ਵਿੱਚ ਸਮਾਂਬੰਦ ਹੋਏਗੀ, ਫੈਸਲਾ ਕਰੇਗੀ, ਲਾਗੂ ਕਰੇਗੀ ਫੈਸਲੇ। ਔਰ ਅੱਜ ਜੋ ਕੈਬਨਿਟ ਦੀ ਮੀਟਿੰਗ ਹੋਈ ਆ, ਨਾਲ ਸਾਡੀ ਮੀਟਿੰਗ ਮੁੱਖ ਮੰਤਰੀ ਸਾਹਿਬ ਨਾਲ ਹੋਈ ਆ, ਉਹਦੇ ਵਿੱਚ 51-78 ਨੂੰ ਰੈਗੂਲਰ ਕਰਨਾ, SSA ਰਮਸਾ ਅਧਿਆਪਕਾਂ ਦਾ ਜਿਹੜਾ ਪ੍ਰਵੇਸ਼ਨ ਦਾ ਪੀਰੀਅਡ ਆ ਉਹ 1 ਸਾਲ ਘਟਾ ਦੇਣਾ, ਔਰ ਇਸ ਤੋਂ ਇਲਾਵਾ ਜਿਹੜੀ ਉਹਨਾਂ ਦੀ ਪੇ ਪ੍ਰੋਟੈਕਟ, ਸਾਡੀ ਮੁੱਖ ਮੰਗ ਸੀ ਕਿ ਉਹਨਾਂ ਦੀ ਪੇ ਪ੍ਰੋਟੈਕਟ ਕੀਤੀ ਜਾਵੇ, ਉਹਦੇ ਉੱਤੇ ਅੱਜ ਉਹਨਾਂ ਮੁੱਖ ਮੰਤਰੀ ਸਾਹਿਬ ਨੇ 3 ਜਿਹੜੇ 4 ਕੈਬਨਿਟ ਮੰਤਰੀ ਸੀਗੇ ਸਾਡੇ ਸਾਹਮਣੇ ਉਹਨਾਂ ਦੀ ਡਿਊਟੀ ਲਈ ਆ, ਉਹ ਪ੍ਰੈਸ ਦੇ ਵਿੱਚ ਆ ਕੇ ਸਟੇਟਮੈਂਟ ਵੀ ਦੇ ਕੇ ਗਏ ਆ ਕਿ ਪੇ ਪ੍ਰੋਟੈਕਟ ਵਾਲਾ ਮਸਲਾ ਜਿਹੜਾ ਹੈਗਾ ਉਹ ਕੈਬਨਿਟ ਜਿਹੜੀ ਕਮੇਟੀ ਬਣਾਈ ਆ ਉਹਨਾਂ ਦੀ ਉਹਦੇ ਵਿੱਚ ਲਿਆ ਕੇ ਉਹਨੂੰ ਜ਼ਰੂਰ ਹੱਲ ਕਰਨਗੇ, ਔਰ ਜਿਹੜੇ ਕੱਚੇ ਅਧਿਆਪਕ ਨੇ ਉਹਨਾਂ ਨੂੰ ਪੱਕੇ ਕਰਨ ਦੀ ਜਿਹੜੀ ਠੋਸ ਨੀਤੀ ਹੈ ਉਹ ਸਾਹਮਣੇ ਆਵੇਗੀ। 3 ਮਹੀਨੇ ਦਾ ਸਮਾਂ ਬੰਦ ਹੋਇਆ, ਜੇਕਰ ਸਰਕਾਰ 3 ਮਹੀਨਿਆਂ ਦੇ ਵਿੱਚ ਕੋਈ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਰ ਵੱਡੇ ਰੂਪ 'ਚ ਸਾਹਮਣੇ ਆ ਸਕਦਾ। ਸਿੱਖਿਆ ਮੰਤਰੀ OP ਸੋਨੀ ਦਾ ਕਹਿਣਾ ਹੈ ਕਿ ਅਧਿਆਪਕਾਂ ਦੇ ਬਾਕੀ ਮਸਲਿਆਂ ਦੇ ਹੱਲ ਲਈ 8 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ। ਮੰਤਰੀ ਮੰਡਲ ਦੀ ਸਬ ਕਮੇਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰਾਏ ਕਰਨ ਤੋਂ ਬਾਅਦ ਇਹ ਫੈਸਲਾ ਲੈਣਾ ਹੈ। 51-78 ਦਾ ਤੇ ਜਿਹੜੇ ਸਾਡੇ ਅਸੀਂ ਪਹਿਲਾਂ ਸੈਟੀਆਂ ਵਾਲੇ ਟੀਚਰ ਜਿਹੜੇ ਸੀਗੇ ਉਹ ਅਸੀਂ ਜਿਹੜੇ ਉਸ ਵੇਲੇ ਪਰਮਾਨੈਂਟ ਕੀਤੇ ਸੀਗੇ ਉਹਦਾ ਅੱਜ ਪਹਿਲਾਂ 3 ਸਾਲ ਸੀਗਾ ਉਹਦਾ ਪੀਰੀਅਡ ਜਿਹੜਾ ਸੀਗਾ, ਉਹ ਅੱਜ ਕੈਬਨਿਟ 'ਚ ਫੈਸਲਾ ਕਰ ਲਿਆ, ਪ੍ਰੋਵਿੰਸ਼ੀਅਲ ਪੀਰੀਅਡ ਜਿਹੜਾ ਸੀਗਾ ਉਹ 3 ਸਾਲ ਤੋਂ 2 ਸਾਲ ਕਰਤਾ। ਬੜੀ ਵੱਡੀ ਇਹ ਰਾਤ ਜਿਹੜੀ ਅੱਜ ਉਹਨਾਂ ਨੂੰ ਵੀ ਦੇ ਦਿੱਤੀ ਜਿਹੜਾ ਪਹਿਲਾ ਡਿਸੀਜਨ ਹੋਇਆ ਸੀ ਅੱਜ ਤੋਂ 2 ਮਹੀਨੇ ਪਹਿਲਾਂ। ਸੋ ਨਾਲ ਹੀ ਹਾਂ SSA ਰਮਸਾ ਵਾਲੇ ਜਿਹੜੇ ਨੇ ਸਰਵ ਸਿੱਖਿਆ ਅਭਿਆਨ ਵਾਲੇ ਜਿਹੜੇ ਸੋਸਾਇਟੀਆਂ ਦੇ ਟੀਚਰ ਸਨ, ਸੋ ਉਸ ਦੇ ਨਾਲ ਨਾਲ ਅੱਜ 51-78 ਦਾ ਫੈਸਲਾ ਉਹਨਾਂ ਜੋ ਉਹਨਾਂ ਦਾ ਫੈਸਲਾ ਕੀਤਾ ਉਹਦੇ ਮੁਤਾਬਕ ਉਹਨਾਂ ਦਾ ਵੀ 2 ਸਾਲ ਹੀ ਕਰਤਾ ਸੀ। ਬਾਕੀ ਕਮੇਟੀ ਜਿਹੜੀ ਆ ਜਿੰਨੇ ਵੀ ਬਾਕੀ ਇਸ਼ੂਜ਼ ਨੇ ਜਿਹੜੀਆਂ ਇਹਨਾਂ ਦੀਆਂ ਡਿਮਾਂਡਸ ਨੇ ਉਹਨਾਂ ਦੀ ਇੱਕ ਡਿਮਾਂਡ ਜਿਹੜੀ ਆ ਇਹਨਾਂ ਦੀ ਜੋ ਪੁਰਾਣੀ ਸੈਲਰੀ ਸੀ ਉਹ ਸੈਲਰੀ ਜਿਹੜੀ ਆ ਇਹਨਾਂ ਦੀ ਜਿਹੜੀ ਆ ਉਹ ਦਿੱਤੀ ਜਾਵੇ ਸਰਕਾਰ ਨੂੰ। ਇਹਨਾਂ ਦੀ ਇੱਕ ਕਮੇਟੀ ਬਣਾ ਦਿੱਤੀ ਆ, 3 ਮਹੀਨਿਆਂ 'ਚ ਕਮੇਟੀ ਨੇ ਰਿਪੋਰਟ ਦੇਣੀ ਆ। ਸੋ 5 ਮੈਂਬਰ ਇਹਨਾਂ ਦੇ ਯੂਨੀਅਨ ਦੇ 3 ਮੈਂਬਰ ਜਿਹੜੇ ਨੇ ਸਰਕਾਰੀ ਅਫਸਰ ਨੇ ਉਹਦੇ 'ਚ ਕੈਬਨਿਟ ਸਬ ਕਮੇਟੀ ਨੂੰ ਇਹ ਰਿਪੋਰਟ ਦੇਣਗੇ। ਸੋ ਜਿਹੜੀ ਕਮੇਟੀ ਦੀ ਰਿਪੋਰਟ ਹੋਏਗੀ ਜਿਹੜੀ ਕੈਬਨਿਟ ਸਬ ਕਮੇਟੀ ਆ ਉਹਨੂੰ ਇਹ ਰਿਪੋਰਟ ਆਪਣੀ ਦੇਣਗੇ 3 ਮਹੀਨਿਆਂ ਦੇ ਵਿੱਚ ਵਿੱਚ। ਜਿਹੜੀ ਵੀ ਇਹਨਾਂ ਦੀਆਂ ਡਿਮਾਂਡਸ ਨੇ ਉਹ ਕਮੇਟੀ ਜੋ ਵੀ ਡਿਸੀਜਨ ਭੇਜੇਗੀ ਸਬ ਕਮੇਟੀ ਕੋਲ ਕੈਬਨਿਟ ਦੀ ਕੋਲੋਂ ਉਹਨੂੰ 'ਤੇ ਵਿਚਾਰ ਹੋਏਗਾ, ਉਹੋ ਹੀ ਜੋ ਹੋਏਗਾ ਵਿਚਾਰ ਕਰਕੇ ਉਹ ਫਿਰ CM ਸਾਹਿਬ ਨਾਲ ਮੀਟਿੰਗ ਕਰਕੇ ਅਤੇ ਕੈਬਨਿਟ 'ਚ ਜਾਊਗਾ। ਉਹ ਵੇਖੋ ਜਿਹੜਾ ਉਹਦੇ 'ਚ ਵਿਚਾਰਿਆ ਜਾਊਗਾ ਜੀ, ਜਿਹੜਾ ਮੈਂ ਤਾਂ ਪਹਿਲਾਂ ਕਹਿ ਚੁੱਕਾ ਜਿਹੜੀ ਕਮੇਟੀ ਬਣੀ ਆ ਉਹਦੇ 'ਚ ਵਿਚਾਰਿਆ ਜਾਊਗਾ, ਜੋ ਕਮੇਟੀ ਡਿਸੀਜਨ ਦੇਵੇਗੀ ਫਿਰ ਉਹ ਕੈਬਨਿਟ ਸਬ ਕਮੇਟੀ ਕੋਲ ਰਿਪੋਰਟ ਆਉਣੀ ਆ, ਕੈਬਨਿਟ ਸਬ ਕਮੇਟੀ ਨੇ ਫਿਰ CM ਸਾਹਿਬ ਨਾਲ ਮੀਟਿੰਗ ਕਰਨੀ ਆ। ਫਾਈਨਾਂਸ ਵਾਲਿਆਂ ਨੂੰ ਵੇਖੋ ਫੁੱਲ ਸਕੇਲ ਨੂੰ ਲੈ ਕੇ ਫੈਸਲਾ ਨਹੀਂ ਹੋਇਆ, ਉਹ ਕਮੇਟੀ ਉਹਨਾਂ 2 ਸਾਲ ਟਾਈਮ ਜਿਹੜਾ ਕਰਤਾ 3 ਸਾਲ ਤੋਂ 2 ਸਾਲ ਦਾ ਟਾਈਮ ਕਰਤਾ ਪ੍ਰੋਵਿਸ਼ਨ ਪੀਰੀਅਡ ਜਿਹੜਾ ਕਰਤਾ ਉਹਦੇ 'ਤੇ ਬੜੀ ਵੱਡੀ ਰਾਹਤ ਆ। 3 ਸਾਲ ਦਾ 2 ਸਾਲ ਕਰਨਾ ਜਿਹੜਾ 1/3 ਜਿਹੜਾ ਉਹਦੇ 'ਚੋਂ ਖਤਮ ਕਰਤਾ, 2 ਸਾਲ ਉਹਨਾਂ ਦਾ ਰਹਿ ਗਿਆ। ਉਹਨਾਂ ਦੇ ਨਾਲ ਜਿਹੜਾ 51-78 ਵਾਲਾ ਉਹ ਵੀ 2 ਸਾਲ ਹੀ ਕਰਤਾ, 3 ਸਾਲ ਦੀ ਬਜਾਏ ਉਹਨਾਂ ਦਾ ਵੀ 2 ਸਾਲ ਕਰਤਾ। ਪਰ 51-78 ਵਾਲੇ ਤਾਂ ਜੀ ਆਲਰੇਡੀ ਕਰੀਬ 4-4.5 ਸਾਲ ਦਾ ਵੇਖੋ ਗੱਲ ਆ, ਹੈ ਤਾਂ ਉਹ ਵੀ ਕੰਟੈਕਟ ਬੇਸ 'ਤੇ ਸੀ ਨਾ, 6-6, 7-7 ਹਜ਼ਾਰ ਸੈਲਰੀ ਦੇ ਸੀਗੇ। ਸੋ ਮੈਂ ਸਮਝਣਾ CM ਸਾਹਿਬ ਦਾ ਥੈਂਕਸ ਕਰਨਾ ਚਾਹੀਦਾ ਇਹਨਾਂ ਸਾਰਿਆਂ ਨੂੰ। ਸੋ ਬਾਕੀ ਸਿੱਖਿਆ ਪ੍ਰੋਵਾਈਡਰ EGS STR ਜਿਹੜਾ ਉਹਨਾਂ ਦਾ, ਹਾਂ ਉਹਨਾਂ ਦਾ ਫੇਲ ਵਾਲਾ ਸੀ ਜਿਹੜਾ ਉਹ 1,000 ਤੋਂ 1,500 ਰੁਪਇਆ ਜਿਹੜਾ ਅਸੀਂ ਵਧਾ ਰਹੇ ਹਾਂ। ਬਾਕੀ ਇਹ ਜਿਹੜੇ ਸਾਡੇ ਹੈਗੇ ਨੇ ਵਲੰਟੀਅਰ ਜਿਹੜੇ ਨੇ ਜੀ, ਵਲੰਟੀਅਰ ਉਹ ਕਮੇਟੀ 'ਚ ਇਹ ਜਿੰਨੀਆਂ ਡਿਮਾਂਡਸ ਨੇ ਨਾ ਇਹਨਾਂ ਦੀਆਂ ਉਹ ਕਮੇਟੀ ਵਿਚਾਰੇਗੀ ਜੀ, ਸਾਰੀਆਂ ਕਮੇਟੀ 'ਚ ਵਿਚਾਰੀਆਂ ਜਾਣਗੀਆਂ। ਜੋ ਵੀ ਕਮੇਟੀ ਫੈਸਲਾ ਕਰੂਗੀ ਆਪਣਾ ਉਹਦੇ 'ਤੇ ਫਿਰ ਸਬ ਕਮੇਟੀ ਜਿਹੜੀ ਆ ਵਿਚਾਰ ਕਰੇਗੀ, ਫਿਰ ਕੈਬਨਿਟ ਕਰੂਗੀ।